ਅੱਜ ਪਿਛਲੇ ਮਹੀਨੇ ਦੀ ਪੇ ਮਿਲੀ ਮਨ ਚ ਬੈਠਾ ਸੋਚੀ ਜਾਂਦਾ ਸੀ ਕਿ ਤੂੰ ਸਵੰਡ ਕੱਢਾਂ ਕਿ ਨਾ ਫਿਰ ਇੱਕ ਪਿਆਰੀ ਜੀ ਸਾਖੀ ਯਾਦ ਆ ਗਈ ਗੁਰੂ ਹਰਿ ਸਾਹਿਬ ਜੀ ਦੇ ਟਾਈਮ ਵਿੱਚ ਇੱਕ ਸਿੱਖ ਸੀ ਜੋ ਕਿ ਬਹੁਤ ਜ਼ਿਆਦਾ ਗਰੀਬ ਸੀ ਉਹਦੇ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਸੀ ਤਾਂ ਫਿਰ ਇੱਕ ਟਾਈਮ ਆਇਆ ਉਸ ਸਿੱਖ ਦਾ ਕਾਰੋਬਾਰ ਵਧਿਆ ਤਾਂ ਉਸਨੇ ਆਪਣਾ ਜੋ ਪੁਰਾਣਾ ਘਰ ਸੀ ਉਹ ਵੀ ਤੋੜ ਕੇ ਬਹੁਤ ਸੋਹਣਾ ਨਵਾਂ ਘਰ ਬਣਾ ਲਿਆ ਤਾਂ ਹੌਲੀ ਹੌਲੀ ਉਸ ਸਿੱਖ ਦਾ ਕਾਰੋਬਾਰ ਫਿਰ ਘਟਦਾ ਗਿਆ ਤਾਂ ਉਹ ਸਿੱਖ ਗੁਰੂ ਹਰਿ ਸਾਹਿਬ ਜੀ ਤੋਂ ਆਇਆ ਅਤੇ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਅਤੇ ਪੁੱਛਿਆ ਕਿ ਇਸਦਾ ਕੀ ਕਾਰਨ ਹੈ ਤਾਂ ਗੁਰੂ ਜੀ ਨੇ ਉਹਨੂੰ ਸਮਝਾਇਆ ਕਿ ਤੇਰੇ ਘਰ ਵਿੱਚ ਇੱਕ ਚਿੜਾ ਇੱਕ ਚਿੜੀ ਰਹਿੰਦੇ ਸੀ ਉਹ ਜਿਹੜਾ ਚਿੜਾ ਅਤੇ ਚਿੜੀ ਸੀ ਉਹ ਤੇਰੇ ਘਰ ਦੇ ਵਿੱਚੋਂ ਅਨਾਜ ਦੇ ਦਾਣੇ ਚੱਕ ਕੇ ਗੁਰੂ ਘਰ ਦੇ ਲੰਗਰਾਂ ਵਿੱਚ ਪਾਉਂਦੇ ਸੀ ਉਹਦੇ ਨਾਲ ਤੇਰੇ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋਈ ਤੇਰਾ ਕਾਰੋਬਾਰ ਵਧਿਆ ਹੌਲੀ ਹੌਲੀ ਤੇਰਾ ਕਾਰੋਬਾਰ ਵਧਿਆ ਤੂੰ ਨਵਾਂ ਘਰ ਬਣਾਇਆ ਜਦੋਂ ਤੂੰ ਆਪਣਾ ਪੁਰਾਣਾ ਘਰ ਤੋੜਿਆ ਤਾਂ ਉਹਦੇ ਨਾਲ ਉਹ ਜਿਹੜਾ ਚਿੜਾ ਅਤੇ ਚਿੜੀ ਤੇਰੇ ਘਰ ਵਿੱਚ ਰਹਿੰਦੇ ਸੀ ਉਹ ਵੀ ਉੱਡ ਗਏ ਤੇਰੇ ਘਰ ਵਿੱਚੋਂ ਜੋ ਸਾਡੇ ਲੰਗਰ ਵਿੱਚ ਸੇਵਾ ਹੁੰਦੀ ਸੀ ਉਹ ਆਉਣੀ ਬੰਦ ਹੋ ਗਈ ਤਾਂ ਹੌਲੀ ਹੌਲੀ ਫਿਰ ਤੇਰੇ ਜੋ ਦਿਨ ਸੀ ਤੇਰੀ ਬਰਕਤ ਘਟਦੀ ਗਈ ਅਤੇ ਅੱਜ ਤੂੰ ਫਿਰ ਉਸ ਹਾਲਾਤਾਂ 'ਚ ਆ ਗਿਆ ਇਹ ਸਾਰੀ ਘਟਨਾ ਯਾਦ ਕਰਕੇ ਸਕੂਨ ਮਿਲਿਆ ਅਤੇ ਮਨ ਨੇ ਸੋਚਿਆ ਮੈਂ ਕੌਣ ਹੁੰਦਾ ਗੁਰੂ ਨੂੰ ਕੁਝ ਦੇਣ ਵਾਲਾ ਸਾਡੀ ਔਕਾਤ ਹੀ ਕੀ ਆ ਅਤੇ ਜੇ ਮੈਂ ਪਿਆਰ ਨਾਲ ਗੁਰੂ ਨੂੰ ਕੁਝ ਦਿੰਦਾ ਵੀ ਹਾਂ ਤਾਂ ਗੁਰੂ ਇੰਨਾ ਦਿਆਲ ਹੈ ਕਿ ਉਹਦਾ 1000 ਗੁਣਾ ਕਰਕੇ ਵਾਪਸ ਦੇ ਦਿੰਦਾ ਹੈ ਇਸ ਲਈ ਸਾਰੇ ਭਾਵੇਂ ਥੋੜ੍ਹਾ ਹੀ ਸਹੀ ਆਪਣੀ ਕਮਾਈ ਵਿੱਚੋਂ ਗੁਰੂ ਕੇ ਲੰਗਰ ਵਾਸਤੇ ਹਿੱਸਾ ਜ਼ਰੂਰ ਕੱਢਿਆ ਕਰੋ ਫਿਰ ਦੇਖੋ ਪਰਮਾਤਮਾ ਕਿਵੇਂ ਤੁਹਾਡੀ ਹਕਮਾਈਆਂ ਵਿੱਚ ਬਰਕਤਾਂ ਪਾਉਂਦਾ ਧੰਨਵਾਦ।